आज हम आपको दिखाने जा रहे हैं कांग्रेसी देहाती के प्रधान के दफ्तर की हालत, जो कि काफी खस्ता हालत में है। पिछले लंबे समय से ऑफिस की हालत कुछ ऐसी बनी हुई है कि कोई भी बड़ा हादसा हो सकता है। कांग्रेस की सरकार होने के बावजूद भी दफ्तर के हालात का ऐसा होना अपने आप में कई सवाल खड़े करता है। देखो, ये तुसीं बड़ा अहम क्वेश्चन पूछा। ये जिहड़ी बिल्डिंग आ साडे कोल साडी आपदी नहीं गी, ते असीं पिछले दिनों दे विच खास तौर ते सरकार दे नाल मिल के एक जमीन आ जिहड़ी ਉਹ ਕਾਂਗਰਸ ਭਵਨ ਲਈ, ਇਹ ਪਹਿਲਾਂ ਹੀ ਚੱਲ ਰਿਹਾ ਸੀ। ਅਕਾਲੀ ਦਲ ਬੀਜੇਪੀ ਵੇਲੇ ਵੀ ਪ੍ਰੋਸੈਸ ਚੱਲ ਰਿਹਾ ਸੀ, ਉਹਨਾਂ ਨੇ ਵੀ, ਕਿਉਂਕਿ ਪਾਰਟੀਆਂ ਨੂੰ ਦਫ਼ਤਰ ਆ ਜਿਹੜੇ ਉਹ ਮਿਲਦੇ ਆ, ਅਤੇ ਨਵੀਂ ਸਾਈਡ ਆ ਜਿਹੜੀ ਉਹ ਅਲਾਟ ਹੋ ਚੁੱਕੀ ਆ, ਅਤੇ ਉੱਥੇ ਕੁਛ ਆਉਣ ਵਾਲੇ ਮਹੀਨਿਆਂ 'ਚ ਜਿਹੜਾ ਨਵਾਂ ਦਫ਼ਤਰ ਬਣਾਉਣ ਦਾ। ਇਸੇ ਕਰਕੇ ਉਰੇ ਦਫ਼ਤਰ ਜਿਹੜਾ ਸ਼ਹਿਰੀ ਦਾ ਪ੍ਰਧਾਨ ਦਾ ਦਫ਼ਤਰ ਆ, ਉਹ ਪ੍ਰੋਪਰ ਆ, ਵਧੀਆ ਬਣਿਆ ਹੋਇਆ। ਦਿਹਾਤੀ ਵਾਲਾ ਜਿਹੜਾ ਹੈ ਉਹ ਕਮਰਾ ਰੈਨੋਵੇਟ ਇਸ ਕਰਕੇ ਨਹੀਂ ਕੀਤਾ ਸੀ ਵੀ ਨਵੇਂ ਜਗ੍ਹਾ ਅਸੀਂ ਸ਼ਿਫਟ ਕਰਨਾ ਹੈ, ਅਤੇ ਉਹ ਵੱਡੀ ਬਿਲਡਿੰਗ ਆ ਜਿਹੜੀ ਕਾਂਗਰਸ ਪਾਰਟੀ ਸਾਰੇ ਆਪਣੇ ਫੰਡ ਨਾਲ ਪੈਸੇ ਇਕੱਠੇ ਕਰਕੇ ਅਸੀਂ ਵਧੀਆ ਦਫ਼ਤਰ ਆ ਜਿਹੜਾ ਉੱਥੇ ਬਣਾਵਾਂਗੇ।